ਗੁਰਦਾਸਪੁਰ ਦੇ ਵਿਚ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਅਚਾਨਕ ਸੇਬਾਂ ਦੇ ਨਾਲ ਭਰੀ ਗੱਡੀ ਸ਼ਹਿਰ ਦੇ ਹਾਈਵੇ ਤੇ ਪਲਟ ਗਈ। ਇਸ ਤੋਂ ਬਾਅਦ ਸੜਕ ਤੇ ਚਾਰੇ ਪਾਸੇ ਸੇਬ ਹੀ ਸੇਬ ਖਿਲਰੇ ਵਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮਿਲੀ ਹੈ ਕਿ ਪੀੜਤ ਡਰਾਈਵਰ ਸਵੇਰੇ 5:30 ਵਜੇ ਦੇ ਕਰੀਬ ਸ੍ਰੀ ਨਗਰ ਤੋਂ ਸੇਬਾਂ ਦਾ ਟਰੱਕ ਲੈ ਕੇ ਆ ਰਿਹਾ ਸੀ ਤੇ ਅਚਾਨਕ ਹਾਈਵੇ ਤੇ ਗਾਂ ਆ ਗਈ। ਇਸ ਕਾਰਨ ਗਾਂ ਨੂੰ ਬਚਾਉਂਦੇ ਹੋਏ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਪਹਿਲਾਂ ਡਿਵਾਈਡਰ ਦੇ ਨਾਲ ਜਾ ਟਕਰਾਈ ਤੇ ਦੇਖਦੇ ਹੀ ਦੇਖਦੇ ਗੱਡੀ ਪਲਟ ਗਈ। ਇਸ ਤੋਂ ਬਾਅਦ ਚਾਰੇ ਪਾਸੇ ਗੱਡੀ ਦੇ ਵਿਚ ਭਰੇ ਸੇਬ ਸੜਕ ਤੇ ਖਿਲਰ ਗਏ। ਆਪਾਂ ਸ੍ਰੀ ਨਗਰ ਆਉਣ ਡਿਆ ਜੀ ਸੇਬ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋਂ ਜੀ ਗਾਈ ਨਿਕਲ ਆਈ ਜੀ। ਹਾਂਜੀ ਦੂਸਰੀ ਸਾਈਡ ਤੇ ਟਿਪਰਾਉਣ ਡੇ ਜੀ ਰੇਤ ਵਾਲੇ ਜੀ। ਹਾਂਜੀ ਜੇ ਇੱਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਨੁਕਸਾਨ ਹੈ ਜੀ, ਉਹਨਾਂ ਦਾ ਨਾਲ ਨੁਕਸਾਨ ਹੋਣਾ ਜੀ। ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗ ਗਈ ਜੀ। ਹਾਂਜੀ ਹਾਂਜੀ ਮਾਲ ਥੋੜਾ ਜੀ ਸੌਕ ਕਰੇਟ ਹੈ ਜੀ। ਹਾਂਜੀ ਨਹੀਂ ਨਹੀਂ ਨੁਕਸਾਨ ਇਹੋ ਹੀ ਆ ਜੀ, ਬਸ ਤੁਹਾਡੇ ਸਾਹਮਣੇ ਹੀ ਹੈ ਜੀ। ਹਾਂਜੀ ਇਸ ਘਟਨਾ ਦੇ ਵਿਚ ਕੁਝ ਦਿਲਚਸਪ ਤਸਵੀਰਾਂ ਵੀ ਵੇਖਣ ਨੂੰ ਮਿਲੀਆਂ ਨੇ ਜੋ ਵਾਕਈ ਬੇਹੱਦ ਦਿਲ ਨੂੰ ਛੂਹ ਜਾਣ ਵਾਲੀਆਂ ਨੇ। ਇਸ ਮੌਕੇ ਸੜਕ ਤੇ ਖਿਲਰੇ ਸੇਬਾਂ ਨੂੰ ਕੋਈ ਵੀ ਰਸਤੇ ਵਿਚ ਜਾਣ ਵਾਲਾ ਚੁੱਕਦਾ ਵਿਖਾਈ ਨਹੀਂ ਦਿੱਤਾ, ਬਲਕਿ ਹਰ ਕੋਈ ਡਰਾਈਵਰ ਦੀ ਮਦਦ ਕਰਦਾ ਹੋਇਆ ਵਿਖਾਈ ਦਿੱਤਾ ਤੇ ਉਸ ਦੇ ਖਿਲਰੇ ਸੇਬਾਂ ਨੂੰ ਇਕੱਠਾ ਕਰਵਾਉਂਦਾ ਵਿਖਾਈ ਦਿੱਤਾ। ਯਾਨੀ ਕਿ ਕਿਸੇ ਵੱਲੋਂ ਵੀ ਇਸ ਗਰੀਬ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਅਜਿਹੀਆਂ ਕਈ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਨੇ, ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਲੋਕ ਕਿਸੇ ਦੀ ਜਾਨ ਬਚਾਉਣ ਦੀ ਬਜਾਏ ਉਸ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਵਿਖਾਈ ਦਿੱਤੇ, ਜੋ ਕਿ ਇੱਕ ਲਾਹਨਤ ਵਾਲਾ ਕੰਮ ਹੈ। ਜਗਬਾਣੀ ਟੀਵੀ ਲਈ ਗੁਰਦਾਸਪੁਰ ਤੋਂ ਗੁਰਪ੍ਰਤਾਪ ਸਿੰਘ ਦੀ ਰਿਪੋਰਟ।